ਤਾਂ ਗੁਰੂ ਘਰ ਸ਼੍ਰੀ ਸੋਹਾਣਾ ਸਾਹਿਬ ਨੇੜੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਜਿੱਥੇ ਮਾਰਕੀਟ ਦੇ ਵਿੱਚ ਕੁਝ ਨਿਹੰਗ ਸਿੰਘ ਨੰਗੀਆਂ ਤਲਵਾਰਾਂ, ਕਿਰਪਾਨਾਂ ਅਤੇ ਡੰਡੇ ਲੈ ਕੇ ਇੱਕ ਗੁੱਟ ਦੇ ਪਿੱਛੇ ਭੱਜਦੇ ਹੋਏ ਦਿਖਾਈ ਦਿੱਤੇ ਨੇ। ਗੱਡੀਆਂ ਦੇ ਵਿੱਚ ਭਰ ਕੇ ਆਏ ਨੌਜਵਾਨ ਨਿਹੰਗ ਸਿੰਘਾਂ ਦੇ ਨਾਲ ਲੜ ਰਹੇ ਨੇ। ਦੋ ਗੁੱਟਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ। ਲੜਾਈ ਦਾ ਕਾਰਨ ਆਪਸੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪਰ ਗੁਰੂ ਘਰ ਦੇ ਨੇੜੇ ਨਿਹੰਗ ਸਿੰਘ ਦੇਖੋ ਕਿਵੇਂ ਨੰਗੀਆਂ ਤਲਵਾਰਾਂ ਲੈ ਕੇ ਭੱਜ ਰਹੇ ਨੇ, ਇੱਕ ਦੂਜੇ 'ਤੇ ਲੜ ਰਹੇ ਨੇ। ਤਾਂ ਦੱਸ ਦਈਏ ਕਿ ਮਾਹੌਲ ਖਰਾਬ ਹੋਇਆ ਹੈ, ਚੋਣ ਜ਼ਾਬਤਾ ਲੱਗੀ ਹੋਈ ਹੈ, ਪੁਲਿਸ ਦਾ ਪੈਰਾ ਚੱਪੇ ਚੱਪੇ 'ਤੇ ਹੈ। ਪਰ ਫਿਰ ਵੀ ਪੰਜਾਬ ਦੇ ਵਿੱਚ ਜਿਹੜੀਆਂ ਵਾਰਦਾਤਾਂ ਨੇ ਉਹ ਰੁਕ ਨਹੀਂ ਰਹੀਆਂ। ਇੱਕ ਹੋਰ ਵਾਰਦਾਤ ਮੋਹਾਲੀ ਦੇ ਸੋਹਾਣਾ ਸਾਹਿਬ ਗੁਰੂ ਘਰ ਦੇ ਨੇੜਿਓਂ ਆਈਆਂ ਨੇ, ਜਿੱਥੇ ਮਾਰਕੀਟ ਦੇ ਅੰਦਰ ਇੱਕ ਸ਼ੋਰੂਮ ਦੇ ਬਾਹਰ ਦੋ ਗੁੱਟਾਂ ਦੀ ਲੜਾਈ ਹੋਈ ਹੈ। ਪਹਿਲਾਂ ਇੱਕ ਗੁੱਟ ਦੇ ਵੱਲੋਂ ਦੂਜੇ ਗੁੱਟ ਦੇ ਇੱਕ ਸ਼ਖਸ ਨੂੰ ਕੁੱਟਿਆ ਗਿਆ। ਬਾਅਦ ਦੇ ਵਿੱਚ ਨਿਹੰਗ ਸਿੰਘ ਆਏ ਅਤੇ ਉਹਨਾਂ ਨੇ ਉਹਨਾਂ ਲੋਕਾਂ 'ਤੇ, ਉਹਨਾਂ ਮੁੰਡਿਆਂ 'ਤੇ, ਨੌਜਵਾਨਾਂ 'ਤੇ ਹਮਲਾ ਕੀਤਾ, ਉਹ ਵੀ ਨੰਗੀਆਂ ਕਿਰਪਾਨਾਂ ਦੇ ਨਾਲ। ਤਾਂ ਦੇਖ ਸਕਦੇ ਹੋ ਡੰਡੇ, ਕਿਰਪਾਨਾਂ, ਇੱਟਾਂ, ਰੋੜੇ ਸਭ ਕੁਝ ਚੱਲ ਰਹੇ ਨੇ। ਮੌਕੇ 'ਤੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ, ਇਹ ਇੱਕ ਸ਼ੋਰੂਮ ਹੈ, ਉੱਥੇ ਮਾਰਕੀਟ ਦੇ ਵਿੱਚ ਸ਼ੋਰੂਮ ਲੱਗੇ, ਸ਼ੋਰੂਮ 'ਤੇ ਕੈਮਰੇ ਲੱਗੇ ਹੋਏ ਸੀ। ਤਾਂ ਸ਼ੋਰੂਮ ਦੇ ਵਿੱਚ ਜਿਹੜੇ ਕੈਮਰੇ ਲੱਗੇ ਸੀ, ਕੈਮਰਿਆਂ ਦੇ ਅੰਦਰ ਇਹ ਸਾਰੀ ਘਟਨਾ ਕੈਦ ਹੋ ਗਈ ਹੈ। ਸੁਪਰ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਹਾਂ, ਪਹਿਲੀਆਂ ਤਸਵੀਰਾਂ ਨਿਊਜ਼ 18 'ਤੇ ਤੁਹਾਨੂੰ ਦਿਖਾ ਰਹੇ ਹਾਂ, ਨਿਊਜ਼ 18 ਪੰਜਾਬ। ਇਹ ਤਸਵੀਰਾਂ ਪਹਿਲਾਂ ਜਿਹੜਾ ਚੈਨਲ ਹੈ ਪਹਿਲੀਆਂ ਤਸਵੀਰਾਂ ਦਿਖਾ ਰਿਹਾ ਹੈ, ਤੁਹਾਨੂੰ ਐਕਸਕਲੂਸਿਵ ਕੰਟੈਂਟ ਦਿਖਾ ਰਹੇ ਹਾਂ, ਜਿਸ ਦੇ ਵਿੱਚ ਦੇਖ ਸਕਦੇ ਹੋ ਸੋਹਾਣਾ ਸਾਹਿਬ ਦੇ ਬਾਹਰ ਗੁੰਡਾਗਰਦੀ ਦੇਖਣ ਨੂੰ ਮਿਲੀ ਆ। ਤਾਂ ਦੱਸ ਦਈਏ ਕਿ ਮੋਹਾਲੀ ਜ਼ਿਲ੍ਹੇ ਦਾ ਸੋਹਾਣਾ ਸਾਹਿਬ ਗੁਰਦੁਆਰਾ ਕਾਫੀ ਚਰਚਿਤ ਗੁਰਦੁਆਰਾ ਹੈ। ਸਾਹਮਣੇ ਹੀ ਹੋਮਲੈਂਡ ਹੈ, ਹੋਮਲੈਂਡ ਜਿਹੜਾ ਕਿ ਸਿੱਧੂ ਆਪਣੇ ਗਾਣਿਆਂ ਦੇ ਵਿੱਚ ਜਿਹਦਾ ਜ਼ਿਕਰ ਕਰਦਾ ਹੁੰਦਾ ਸੀ। ਉਸਦੇ ਸਾਹਮਣੇ ਹੀ ਇੱਕ ਮਾਰਕੀਟ ਹੈ, ਮਾਰਕੀਟ ਦੇ ਅੰਦਰ ਵੱਡੇ ਵੱਡੇ ਸ਼ੋਰੂਮ ਨੇ, ਸ਼ੋਰੂਮਾਂ ਦੇ ਬਾਹਰ ਪਾਰਕਿੰਗ ਹੈ ਗੱਡੀਆਂ ਦੀ। ਉਸੇ ਪਾਰਕਿੰਗ ਦੇ ਵਿੱਚ ਇਹ ਦੋ ਗੁੱਟਾਂ ਦੀ ਆਪਸ 'ਚ ਲੜਾਈ ਹੋਈ ਹੈ, ਤਲਵਾਰਾਂ ਦੇ ਨਾਲ, ਕਿਰਪਾਨਾਂ ਦੇ ਨਾਲ, ਹੋਰ ਕਈ ਹਥਿਆਰਾਂ ਦੇ ਨਾਲ ਇਹ ਜਿਹੜੀ ਕਿ ਲੜਾਈ ਹੋਈ ਹੈ, ਇੱਕ ਦੂਜੇ 'ਤੇ ਹਮਲਾ ਕੀਤਾ ਗਿਆ। ਇਸ ਹਮਲੇ ਦੇ ਵਿੱਚ 2 ਤੋਂ 3 ਨੌਜਵਾਨ ਜ਼ਖਮੀ ਹੋਏ ਨੇ, ਬੇਹੱਦ ਜ਼ਖਮੀ ਹੋਏ ਨੇ, ਕਾਫੀਆਂ ਡੂੰਘੀਆਂ ਸੱਟਾਂ ਲੱਗੀਆਂ ਨੇ ਉਹਨਾਂ ਨੂੰ, ਹਸਪਤਾਲ 'ਚ ਭਰਤੀ ਕਰਾ ਦਿੱਤਾ ਗਿਆ। ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋਹਾਣਾ ਸਾਹਿਬ ਗੁਰਦੁਆਰੇ ਦੀਆਂ, ਬੇਹੱਦ ਅਹਿਮ ਅਤੇ ਬੇਹੱਦ ਐਕਸਕਲੂਸਿਵ ਤਸਵੀਰਾਂ ਨੇ। ਨਿਊਜ਼ 18 ਗਰਾਊਂਡ ਜ਼ੀਰੋ ਦੀ ਰਿਪੋਰਟ ਵੀ ਤੁਹਾਨੂੰ ਦਿਖਾਵੇਗਾ ਕਿ ਕਿਉਂ ਇਹ ਲੜਾਈ ਹੋਈ, ਕਈ ਵਜ੍ਹਾ ਸੀ ਇਸ ਲੜਾਈ ਦੀ। ਪਰ ਦੋ ਗੁੱਟ ਜਿਹੜੇ ਆਪਸ 'ਚ ਭਿੜੇ ਨੇ, ਪੂਰੀ ਮਾਰਕੀਟ ਦੇ ਦੁਕਾਨਦਾਰ ਇਸ ਗੱਲ ਤੋਂ ਚਿੰਤਤ ਨੇ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਲੜਾਈਆਂ ਵੱਧਦੀਆਂ ਗਈਆਂ ਤੇ ਉਹਨਾਂ ਦੀ ਦੁਕਾਨ ਤੇ ਗ੍ਰਾਹਕ ਆਉਣੇ ਘੱਟ ਜਾਣਗੇ, ਤਾਂ ਇਹ ਵੀ ਇੱਕ ਮੁੱਦਾ ਜਿਹੜਾ ਦੁਕਾਨਦਾਰਾਂ ਵੱਲੋਂ ਉਠਾਇਆ ਜਾ ਰਿਹਾ ਹੈ। ਪਰ ਦੋ ਗੁੱਟਾਂ ਦੀ ਲੜਾਈ, ਅਹਿਮ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਨਿਹੰਗ ਸਿੰਘ ਦੂਜੇ ਗੁੱਟ ਦੇ ਪਿੱਛੇ ਭੱਜ ਰਹੇ ਨੇ, ਫਿਰ ਦੂਜਾ ਗੁੱਟ ਜਿਹੜਾ ਹੈ ਉਹ ਨਿਹੰਗ ਸਿੰਘਾਂ ਦੇ ਮਗਰ ਦੌੜ ਰਿਹਾ ਹੈ। ਇੱਕ ਦੂਜੇ 'ਤੇ ਹਮਲਾ ਕਰਦੇ ਹੋਏ ਨੌਜਵਾਨ ਇਹ ਸਾਰੇ CCTV ਵਿੱਚ ਕੈਦ ਹੋ ਗਏ ਨੇ।